ਅਵਾਜ ਕੌਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਜਰ ਸਿੰਘ ਪੰਜਾਬੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਕਸਰ ਹੀ ਕੋਈ ਨਾ ਕੋਈ ਰੋਜ਼ ਨਵਾਂ ਮੁੱਦੇ ਤੇ ਗੱਲ ਕਰਦੇ ਆਂ ਪੰਜਾਬ ਦੇ ਖਾਸ ਮੁੱਦਿਆਂ ਤੇ ਗੱਲ ਕਰਦੇ ਆਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਨੌਜਵਾਨ ਲੜਕੇ ਅਤੇ ਲੜਕੀਆਂ ਦੇ ਉੱਪਰ ਖਾਸ ਕਰ ਅੱਜ ਕੱਲ੍ਹ ਪੰਜਾਬ ਦੇ ਵਿੱਚ ਇਮੀਗ੍ਰੇਸ਼ਨ ਲੈ ਕੇ ਵਿਦੇਸ਼ੀ ਯਾਤਰੀਵਾਂ ਨੂੰ ਵਿਦੇਸ਼ ਜਾਣ ਨੂੰ ਲੈ ਕੇ ਜਿਹੜੇ ਕਿ ਸਾਡੇ ਨੌਜਵਾਨਾਂ ਦੇ ਵਿੱਚ ਬਹੁਤ ਜਿਹੜਾ ਕਿ ਤੌਰ ਲੱਗੀ ਹੋਈ ਹੈ ਤੇ ਉਹਦੇ ਵਿੱਚ ਇਹ ਵੀ ਦੇਖਿਆ ਜਾ ਰਿਹਾ ਕਿ ਕਿ ਵਿਆਹ ਸ਼ਾਦੀਆਂ ਕਰਕੇ ਵੀ ਜਿਹੜੇ ਕਿ ਨੌਜਵਾਨ ਲੜਕੇ ਤੇ ਲੜਕੀਆਂ ਬਾਹਰ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਅੱਜ ਬਹੁਤ ਜ਼ਿਆਦਾ ਉਜਾਣ ਹੋਣ ਕਾਰਨ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਤੇ ਕਈ ਪਰਿਵਾਰਾਂ ਦੇ ਵਿੱਚ ਬਹੁਤ ਜਿਹੜੇ ਕਿ ਦੁਖਦਾਈ ਖਬਰਾਂ ਵੀ ਸੁਣਨ ਨੂੰ ਮਿਲਦੀਆਂ ਨੇ ਤੇ ਹੁਣ ਅਸੀਂ ਗੱਲ ਕਰਾਂਗੇ ਯੂਥ ਵੈਲਫੇਅਰ ਸੁਸਾਇਟੀ ਪੰਜਾਬ ਦੀ ਨਵੇਂ ਬਏ ਪ੍ਰਜਾਨ ਬਣੇ ਬੀਬੀ ਗੁਰਜਿੰਦਰ ਕੌਰ ਮੁੰਡੀ ਜੀ ਦੇ ਨਾਲ ਅਮਨ ਮੁੰਡੀ ਜੀ ਦੇ ਨਾਲ ਬੀਬੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜਕੀਫਤ ਹੈ ਬੀਬੀ ਗੁਰਜਿੰਦਰ ਕੌਰ ਜੀ ਤੁਸੀਂ ਜਿਹੜੇ ਅੱਜ ਦੇ ਪੰਜਾਬ ਦੇ ਮਸਲੇ ਨੇ ਜਿਨ੍ਹਾਂ ਦੇ ਵਿੱਚ ਲੜਕੀਆਂ ਔਰ ਲੜਕਿਆਂ ਦੀ ਬੇਰੁਜ਼ਗਾਰੀ ਲਈ ਜਾਂ ਵਿਦੇਸ਼ ਜਾਣ ਦੀ ਜਿਹੜੀ ਹੋੜ ਲੱਗੀ ਹੋਈ ਆ ਉਹਨੂੰ ਲਾ ਲਈਏ ਹਾਂਜੀ ਉਹਨੂੰ ਕਿਸ ਤਰ੍ਹਾਂ ਤੁਸੀਂ ਦੇਖਦੇ ਆ ਸਭ ਤੋਂ ਪਹਿਲਾਂ ਤਾਂ ਜੀ ਅਸੀਂ ਇਹਨੂੰ ਇਹ ਦੇਖ ਰਹੇ ਹਾਂ ਅੱਜ ਸਾਡੀ ਆਣਖ ਤੇ ਗੈਰਤ ਖਤਮ ਹੋ ਰਹੀ ਆ ਪੰਜਾਬੀਆਂ ਦੀ ਜੇਕਰ ਸਾਡੀ ਆਣਖ ਤੇ ਗੈਰਤ ਨੂੰ ਅਸੀਂ ਬਰਕਰਾਰ ਨਹੀਂ ਰੱਖਾਂਗੇ ਤਾਂ ਅਸੀਂ ਐਦਾਂ ਦੇ ਦੌਰ ਹੀ ਦੇਖਾਂਗੇ ਹੁਣ ਅਸੀਂ ਆਪਾਂ ਗੱਲ ਕਰ ਲਈ ਅਫਗਾਨਿਸਤਾਨ ਦੀ ਅਫਗਾਨਿਸਤਾਨ ਆਪਣੀਆਂ ਜੜਾਂ ਨਾਲ ਜੁੜਿਆ ਹੋਇਆ ਮੋਸਟਲੀ ਲੋਕਾਂ ਨੂੰ ਇਹ ਲੱਗਦਾ ਹੋਊਗਾ ਵੀ ਉਹ ਬੈਕਵਾਰਡ ਨੇ ਬਟ ਉਹ ਆਪਣੀਆਂ ਜੜਾਂ ਦੇ ਨਾਲ ਜੁੜੇ ਹੋਏ ਨੇ ਸਾਡੇ ਲੋਕ ਨੇ ਜੜੇ ਇਹ ਦਿਖਾਵੇ ਵੱਲ ਨੂੰ ਵੱਧ ਚੁੱਕੇ ਨੇ ਇਹਨਾਂ ਨੂੰ ਲੱਗਦਾ ਕਿ ਅਸੀਂ ਜੇ ਇੱਥੋਂ ਬਾਹਰ ਜਾਵਾਂਗੇ ਤਾਂ ਸਾਨੂੰ ਕੁਝ ਪ੍ਰਾਪਤ ਹੋਊਗਾ ਪੰਜਾਬ ਵਿੱਚ ਸਾਡੇ ਕੋਲ ਕੁਝ ਨਹੀਂ ਹੈਗਾ ਪਰ ਜੇ ਅਸੀਂ ਇੱਥੇ ਰਹਿ ਕੇ ਹੀ ਮਿਹਨਤ ਕਰੀਏ ਤਾਂ ਅਸੀਂ ਬਹੁਤ ਰਾਜੇ ਹਾਂ ਪਹਿਲਾਂ ਵੀ ਅਸੀਂ ਖਾਲਸਾ ਰਾਜ ਦਾ ਆਨੰਦ ਮਾਣਿਆ ਤੇ ਅਸੀਂ ਹੁਣ ਵੀ ਮਾਣ ਸਕਦੇ ਹਾਂ ਜੇ ਅਸੀਂ ਉਹੀ ਮਿਹਨਤ ਇੱਥੇ ਰਹਿ ਕੇ ਕਰੀਏ ਹਾਂਜੀ ਪਰ ਵੀ ਦੇਖਿਆ ਜਾ ਰਿਹਾ ਕਿ ਅੱਜਕਲ ਜਿਹੜੇ ਹਾਂਜੀ ਫਿਰ ਲੋ ਇਹ ਸੁਣਿਆ ਜਾਂਦਾ ਸੀਗਾ ਕਿ ਬਾਹਰੋਂ ਜਿਹੜਾ ਵਿਅਕਤੀ ਹੈ ਇੱਕ ਭਾਰਤੀ ਦਾ ਉੱਥੇ ਰਹਿ ਰਿਹਾ ਉੱਥੋਂ ਇੱਥੇ ਆਇਆ ਔਰ ਇੱਥੇ ਇੱਕ ਲੜਕੀ ਦਾ ਵਿਆਹ ਕਰਵਾ ਕੇ ਚਲ ਗਿਆ ਕਿ ਉਦੋਂ ਇਹ ਨਹੀਂ ਦੇਖਿਆ ਜਾਂਦਾ ਸੀਗਾ ਕਿ ਲੜਕੇ ਦੀ ਉਮਰ ਕਿੰਨੀ ਹੈ ਤੇ ਲੜਕੀ ਦੀ ਉਮਰ ਕਿੰਨੀ ਹੈ ਕਿ ਦੋਨਾਂ ਜਮੀਨ ਸਮਾਨ ਦਾ ਫਰਕ ਹੁੰਦਾ ਸੀਗਾ ਤੇ ਪਰ ਫਿਰ ਦੇਖਿਆ ਜਾਂਦਾ ਸੀਗਾ ਕਿ ਕਈ ਲਾੜੇ ਵਿਆਹ ਕਰਵਾ ਕੇ ਚਲ ਜਾਂਦੇ ਸੀਗੇ ਤੇ ਜਿਹੜੀਆਂ ਲੜਕੀਆਂ ਹੁੰਦੀਆਂ ਸੀ ਉਹ ਵਿਚਾਰੀਆਂ ਇੱਥੇ ਫਿਰ ਇਨਾ ਵਿਆਹਾਂ ਚ ਗਿਣੀਆਂ ਜਾਂਦੀਆਂ ਸੀ ਤੇ ਨੱਕਵਾਰੀਆਂ ਚੋਂ ਰਹਿ ਜਾਂਦੀਆਂ ਸੀਗੀਆਂ ਸੋ ਅੱਜ ਕੱਲ ਜਿਹੜਾ ਦੇਖਿਆ ਜਾ ਰਿਹਾ ਕਿ ਲੜਕੀਆਂ ਵੀ ਉਸ ਰਾਤੇ ਚੱਲ ਪਈਆਂ ਨੇ ਹਾਂਜੀ ਕਿਉਂਕਿ ਲੜਕੀਆਂ ਆਇਲਸ ਕਰਦੀਆਂ ਨੇ ਤੇ ਮੁੰਡੇ ਜਿਹੜੇ ਆ ਕਿਉਂ ਨਹੀਂ ਕਰਦੇ ਉਹ ਫਿਰ ਲੜਕੀਆਂ ਦੇ ਸਹਾਰੇ ਜਿਹੜੇ ਦੇਖਿਆ ਜਾਂਦਾ ਕਿ ਮਾਪੇ ਜਿਹੜੇ ਕਿ ਪੈਸਾ ਖਰਚਦੇ ਆ ਤੇ ਲੜਕੀ ਵਾਲੇ ਕਰਦੇ ਆ ਕਿ ਉਹਨਾਂ ਦੀ ਲੜਕੀ ਨਹੀਂ ਆਈ ਦੇ ਵਿੱਚ ਜਿਹੜੇ ਬੈਂਡ ਲੈ ਲੈਨੇ ਸੱਤ ਬੈਂਡ ਲੈ ਲੈ ਸਾਢੇ 6 ਬੈਂਡ ਵਾਲੇ ਸਾਢੇ 7 ਬੈਂਡ ਵਾਲੇ ਉਹਦੇ ਸਹਾਰੇ ਉਹ ਫਿਰ ਬਾਹਰ ਜਾਂਦੇ ਨੇ ਸੋ ਉਸ ਤੋਂ ਬਾਅਦ ਕਿਹਾ ਕਿ ਹੁਣ ਅਸੀਂ ਦੇਖਦੇ ਆ ਤੇ ਜਿਹੜੇ ਲੜਕੇ ਨੇ ਉਹ ਪੀੜਿਤ ਹੋਣ ਲੱਗੇ ਨੇ ਪਰਿਵਾਰ ਉਜੜਨ ਲੱਗੇ ਨੇ ਕਿਉਂਕਿ ਉਹਨਾਂ ਨੇ ਜ਼ਮੀਨਾਂ ਵੇਚ ਕੇ ਜਾਂ ਕਰਜ਼ੇ ਚੱਕ-ਚੱਕ ਕੇ ਸਾਰਾ ਕੁਝ ਕੀਤਾ ਸੋ ਇਹੋ ਜਿਹੇ ਜਿਹੜੇ ਹਾਲਾਤ ਬਣ ਗਏ ਨੇ ਪੰਜਾਬ ਦੇ ਉਹਨਾਂ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਉਹਨਾਂ ਲਈ ਤੁਸੀਂ ਕੀ ਜਾਨੀ ਕਿ ਅਗੇ ਹੋਣਾ ਚਾਹੀਦਾ ਕਿ ਤਾਂ ਜੋ ਇਹ ਸੁਧਾਰ ਹੋ ਸਕੇ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਜ਼ਿੰਮੇਵਾਰ ਬੱਚਿਆਂ ਦੇ ਮਾਤਾ ਪਿਤਾ ਨੇ ਬੱਚਿਆਂ ਨੂੰ ਉਹੀ ਸਿਖਾਉਂਦੇ ਨੇ ਕਿ ਇੱਧਰ ਮਿਹਨਤ ਨਹੀਂ ਕਰਨੀ ਇੱਧਰ ਸਹੂਲਤਾ ਨਹੀਂ ਹੈਗੀਆਂ ਬਾਹਰ ਸਹੂਲਤਾ ਨੇ ਜਦ ਕਿ ਸਹੂਲਤਾ ਇੱਧਰ ਵੀ ਬਹੁਤ ਨੇ ਇਹ ਸਾਨੂੰ ਸਾਡੇ ਗਵਰਨਮੈਂਟ ਨੇ ਅੱਖੀਂ ਘਟਾ ਪਾਇਆ ਹੋਇਆ ਕਿ ਇੱਧਰ ਸਹੂਲਤਾ ਨਹੀਂ ਹੈਗੀਆਂ ਸਾਡੇ ਨਾਲ ਮਤਲਬ ਸ਼ੁਰੂ ਤੋਂ ਹੀ ਜਿਹੜਾ ਕੇਂਦਰ ਆ ਉਹ ਦੁਸ਼ਮਣੀ ਕਮਾਉਂਦਾ ਆ ਰਿਹਾ ਤਾਂ ਇਸ ਕਰਕੇ ਸਾਡੀਆਂ ਜ਼ਮੀਨਾਂ ਦੇ ਨਾ ਤਾਂ ਭਾ ਰਹੇ ਨੇ ਨਾ ਸਾਨੂੰ ਫਸਲਾਂ ਦੇ ਭਾ ਮਿਲਦੇ ਨੇ ਤੇ ਲੋਕਾਂ ਨੂੰ ਫਿਰ ਲੱਗਦਾ ਵੀ ਇੱਥੇ ਨਾਲੋਂ ਜ਼ਿਆਦਾ ਅਸੀਂ ਬੈਟਰ ਬਾਹਰ ਰਹਾਂਗੇ ਤੇ ਸਭ ਤੋਂ ਵੱਡੇ ਜ਼ਿੰਮੇਵਾਰ ਮੈਂ ਇਹਦੇ ਵਿੱਚ ਪੇਰੈਂਟਸ ਨੂੰ ਹੀ ਸਮਝਦੀ ਆ ਤੁਸੀਂ ਇਹ ਗੱਲ ਕਹੀ ਕਿ ਪੇਰੈਂਟਸ ਜਿਹੜੇ ਕਿ ਜ਼ਿੰਮੇਵਾਰ ਨੇ ਪਰ ਅਸੀਂ ਜੇ ਦੂਜੇ ਪਾਸੇ ਦੇਖੀ ਅੱਜਕੱਲ ਜਿਹੜੇ ਬੱਚੇ ਹੁੰਦੇ ਨੇ ਉਹ ਆਈਕਲ ਪਰਿਵਾਰਾਂ ਵਿੱਚ ਜਿਹੜੇ ਕਿ ਬੱਚੇ ਘੱਟ ਹੁੰਦੇ ਨੇ ਦੋ ਤੋਂ ਬਾਅਦ ਕਿਸੇ ਬੱਚੇ ਨੂੰ ਅੱਗੇ ਜਦੋਂ ਪਰਿਵਾਰ ਹੁੰਦੇ ਸੀਗੇ ਉਹਨਾਂ ਚ 4-4 5-5 7-7 ਭੈਣ ਭਰਾ ਆਪਸ ਚ ਹੁੰਦੇ ਸੀਗੇ ਪਰ ਹੁਣ ਜਿਹੜੀ ਆ ਕਿ ਮਾਪਿਆਂ ਦੀ ਇਹ ਵੀ ਮਜਬੂਰੀ ਬਣ ਜਾਂਦੀ ਕਿ ਇੱਕ ਬੱਚਾ ਹੋਣ ਕਰਕੇ ਉਹ ਜੋ ਕਹਿੰਦਾ ਹੈ ਉਹ ਮਾਪਿਆਂ ਨੂੰ ਕਰਨਾ ਪੈਂਦਾ ਆ ਸੋ ਉਸ ਗੱਲ ਨੂੰ ਤੁਸੀਂ ਕੀ ਸਮਝਦੇ ਹੋ ਕਿ ਉਹ ਬੱਚੇ ਜਿਹੜੇ ਨੇ ਕੀ ਉਹਨਾਂ ਦੀ ਜਿੱਦ ਪੂਰੀ ਕਰਨੀ ਉਸ ਟਾਈਮ ਜ਼ਰੂਰੀ ਹੁੰਦੀ ਹੈ ਜਾਂ ਉਹਨਾਂ ਨੂੰ ਸਮਝਾ ਕੇ ਦੂਜੇ ਪਾਸੇ ਰੱਖਣਾ ਬੱਚਿਆਂ ਦੀ ਜਿੱਦ ਬਿਲਕੁਲ ਬੱਚੇ ਜਿੱਦ ਨਹੀਂ ਕਰਨਗੇ ਜੇਕਰ ਮਾਪੇ ਸੰਸਕਾਰੀ ਹੋਣਗੇ ਪਹਿਲਾਂ ਤਾਂ ਮਾਪੇ ਦਾ ਸੰਸਕਾਰੀ ਹੋਣਾ ਜ਼ਰੂਰੀ ਆ ਜੇ ਮਾਪੇ ਸੰਸਕਾਰੀ ਹੋਣਗੇ ਤਾਂ ਬੱਚਿਆਂ ਨੂੰ ਉਹ ਉਦਾਂ ਦੇ ਹੀ ਸੰਸਕਾਰ ਦੇਣਗੇ ਅੱਜ ਕੱਲ ਤੁਸੀਂ ਦੇਖੋ ਸਾਡ ਨੂੰ ਮਤਲਬ ਟੀਵੀਾਂ ਤੇ ਲਾਤਾ ਲੇਡੀਜ਼ ਨੂੰ ਨਾਟਕਾਂ ਤੇ ਲਾਤਾ ਜਦ ਕਿ ਉਹ ਨਾਟਕ ਦੇਖਦੀਆਂ ਨੇ ਉਹ ਉਸੇ ਤਰ੍ਹਾਂ ਹੀ ਕਰਦੀਆਂ ਨੇ ਲੇਡੀਜ਼ ਮੋਸਟਲੀ ਜਿਹੜੀਆਂ ਘਰੇਲੂ ਲੇਡੀਜ਼ ਨੇ ਉਹ ਉਸੇ ਤਰ੍ਹਾਂ ਬਣਨਾ ਚਾਹੁੰਦੀਆਂ ਨੇ ਜਦ ਕਿ ਉਹ ਤਾਂ ਇੱਕ ਐਕਟਰ ਹੁੰਦੇ ਨੇ ਉਹ ਤਾਂ ਆਪਣੀ ਐਕਟਿੰਗ ਕਰਕੇ ਪੈਸਾ ਕਮਾ ਕੇ ਲੈ ਕੇ ਜਾਂਦੇ ਨੇ ਤੇ ਲੇਡੀਜ਼ ਵੀ ਆਪਣੇ ਅੱਜਕੱਲ ਗੁਰੂਆਂ ਦੇ ਫਲਸਫੇ ਨੂੰ ਛੱਡ ਕੇ ਉਹ ਐਕਟਰਾ ਮਗਰ ਲੱਗ ਚੁੱਕੀਆਂ ਨੇ ਇਸ ਕਰਕੇ ਦਿਖਾਵੇ ਦੀ ਜ਼ਿੰਦਗੀ ਰਹਿ ਗਈ ਆ ਤਾਂ ਕਰਕੇ ਉਹ ਬੱਚਿਆਂ ਨੂੰ ਕਿੱਥੋਂ ਸਮਝਾ ਸਕਣਗੀਆਂ ਜਿਹੜੀਆਂ ਆਪੇ ਨਹੀਂ ਸਮਝੀਆਂ ਹੋਈਆਂ ਉਹ ਬੱਚਿਆਂ ਨੂੰ ਕਿੱਥੋਂ ਸਮਝਾ ਸਕਣਗੀਆਂ ਐਸੇ ਕਰਕੇ ਮੈਂ ਕਹਿ ਰਹੀ ਆ ਕਿ ਜਿਹੜੇ ਅਫਗਾਨਿਸਤਾਨੀ ਲੋਕ ਨੇ ਠੀਕ ਆ ਉਹ ਆਪਣੇ ਜਿਹੜਾ ਨਾ ਜੁੜੇ ਹੋਏ ਨੇ ਉਹ ਦਿਖਾਵੇ ਦੀ ਜ਼ਿੰਦਗੀ ਵਿੱਚ ਬਿਲਕੁਲ ਨਹੀਂ ਪੈ ਅੱਜ ਉਹ ਰਾਸ ਦੇ ਬਿਲਕੁਲ ਕਰੀਬ ਨੇ ਠੀਕ ਹੈ ਇਸ ਕਰਕੇ ਪੇਰੈਂਟਸ ਨੂੰ ਵੀ ਇਹਦੇ ਲਈ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਬਾਕੀ ਸਾਡੀਆਂ ਸਰਕਾਰਾਂ ਤਾਂ ਜ਼ਿੰਮੇਵਾਰ ਹੈਗੀਆਂ ਨੇ ਜਿਨ੍ਹਾਂ ਨੇ ਮਤਲਬ ਪੰਜਾਬ ਦੇ ਵਿੱਚ ਕੋਈ ਵੀ ਇੰਡਸਟਰੀ ਲੈ ਕੇ ਆਂਦੀ ਹੈਗੀ ਜਿੰਨੀਆਂ ਵੀ ਰਵੈਤੀ ਪਾਰਟੀਆਂ ਨੇ ਇਹ ਸੈਂਟਰ ਅੱਗੇ ਗੋਡੇ ਟੇਕ ਚੁੱਕੀਆਂ ਨੇ ਇਸ ਲਈ ਹੁਣ ਸਾਡਾ ਸਾਰਿਆਂ ਦਾ ਫਰਜ਼ ਬਣਦਾ ਮਤਲਬ ਛੋਟੇ-ਛੋਟੇ ਗਰੁੱਪ ਬਣਾ ਕੇ ਛੋਟੀਆਂ-ਛੋਟੀਆਂ ਸੁਸਾਇਟੀਆਂ ਬਣਾ ਕੇ ਅੱਗੇ ਆਓ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਬਚਾ ਸਕੀਏ ਆਪਣੀ ਪੰਜਾਬੀਅਤ ਨੂੰ ਬਚਾ ਸਕੀਏ ਆਪਣੀ ਸਿੱਖੀ ਨੂੰ ਬਚਾ ਸਕੀਏ ਆਪਣੇ ਪੰਜਾਬ ਨੂੰ ਬਚਾ ਸਕੀਏ ਜੀ ਅੱਜ ਕੱਲ੍ਹ ਦੇਖੋ ਜਦੋਂ ਅਸੀਂ ਵੇਖਦੇ ਹਾਂ ਜਿਹੜੇ ਬੱਚੇ ਨੇ ਅੱਗੇ ਇਹ ਹੁੰਦਾ ਸੀ ਕੋਈ ਬੱਚਾ ਆਈਐਸ ਬਣੇ ਕੋਈ ਬੰਦਾ ਬੱਚਾ ਆਈਪੀਐਸ ਬਣਦਾ ਸੀਗਾ ਜਾਂ ਫਿਰ ਬੈਂਕਾਂ ਦੇ ਵਿੱਚ ਨੌਕਰੀ ਕਰਦੇ ਸੀਗੇ ਅੱਜ ਕੱਲ੍ਹ ਉਧਰੋਂ ਟੁੱਟ ਗਏ ਪਰ ਇੱਥੇ ਇੱਕ ਗੱਲ ਬੱਚਿਆਂ ਦੇ ਮੂੰਹ 'ਚ ਸੁਣੀ ਜਾਂਦੀ ਹੈ ਪੰਜਾਬ ਚ ਕੁਛ ਨਹੀਂ ਹੈਗਾ ਪੰਜਾਬ ਚ ਕੁਛ ਨਹੀਂ ਹੈਗਾ ਤੁਸੀਂ ਕਹਿ ਰਹੇ ਹੋ ਕਿ ਜਦ ਕਿ ਇੱਥੇ ਬਹੁਤ ਖੁਸ਼ ਹੈਗਾ ਆ ਸੋ ਇਹ ਜਿਹੜੀਆਂ ਗੱਲਾਂ ਨੇ ਇਹ ਕਿਹੜੇ ਲੋਕਾਂ ਨੇ ਇਹਨਾਂ ਦੇ ਦਿਮਾਗ ਵਿੱਚ ਐਸੀਆਂ ਪਾ ਦਿੱਤੀਆਂ ਕਿ ਜਿਹੜਾ ਹਰ ਬੱਚਾ ਇਹ ਕਹਿੰਦਾ ਕਿ ਮੈਂ ਇੱਥੇ ਨਹੀਂ ਰਹਿਣਾ ਮੈਂ ਬਾਹਰ ਜਾਣਾ ਆ ਸੋ ਇਹ ਕਿਹੋ ਜਿਹੇ ਲੋਕ ਨੇ ਤੇ ਇਹਨੂੰ ਆਪਾਂ ਕੰਟਰੋਲ ਕਰਨ ਲਈ ਕੀ ਕੁਝ ਕਰਨਾ ਚਾਹੀਦਾ ਇਹ ਗਵਰਨਮੈਂਟ ਨੇ ਪਾਲਿਸੀ ਜੀ ਇਦਾਂ ਦੀਆਂ ਲੈ ਆਂਦੀਆਂ ਹੁਣ ਜਿੰਨੀਆਂ ਵੀ ਵੱਡੀਆਂ ਪੋਸਟਾਂ ਨੇ ਤੁਸੀਂ ਦੇਖੋ ਉਹਨਾਂ ਤੇ ਪੰਜਾਬੀ ਨਹੀਂ ਕਾਬਜ਼ ਹੈਗੇ ਜਿੰਨੇ ਵੀ ਆਊਟਸਾਈਡਰ ਨੇ ਉਹਨਾਂ ਤੇ ਉਹ ਕਾਬਜ਼ ਹੈ ਇਹ ਕੌਣ ਗੋਡੇ ਟੇਕ ਚੁੱਕੇ ਆ ਇਹ ਸਾਡੀਆਂ ਰਵਾਇਤੀ ਪਾਰਟੀਆਂ ਔਰ ਪੰਜਾਬ ਦੀਆਂ ਸਰਕਾਰਾਂ ਸੈਂਟਰ ਅੱਗੇ ਗੋਡੇ ਟੇਕ ਚੁੱਕੀਆਂ ਨੇ ਤਾਂ ਕਰਕੇ ਬਾਹਰਲੇ ਸਟੇਟਾਂ ਦੇ ਜਿੰਨੇ ਵੀ ਵੱਡੇ ਅਫਸਰ ਨੇ ਉਹ ਅਹੁਦਿਆਂ ਤੇ ਲੱਗੇ ਹੋਏ ਨੇ ਹੁਣ ਪਿੱਛੇ ਜੇ ਲਾਕਡਾਊਨ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ 5000 ਦੇ ਕਰੀਬ ਆਊਟਸਾਈਡਰ ਦੀ ਭਰਤੀ ਹੋਈ ਜੋ ਕਿ ਸਭ ਤੋਂ ਛਿਪਾ ਕੇ ਰੱਖੀ ਗਈ ਹੈ ਜャ ਸਾਡੇ ਲਈ ਇੱਥੇ ਮਤਲਬ ਹੈ ਹੀ ਨਹੀਂ ਕਿ ਪੋਸਟਾਂ ਹੀ ਨਹੀਂ ਰੱਖੀਆਂ ਇਹਦੇ ਲਈ ਸਰਕਾਰ ਜ਼ਿੰਮੇਵਾਰ ਹੈ ਇੱਕ ਜਿਹੜੇ ਅੱਜਕੱਲ ਵਿਆਹ ਸ਼ਾਦੀਆਂ ਹੁੰਦੇ ਨੇ ਹਾਂਜੀ ਅ ਗੱਲ ਉੱਥੇ ਹੀ ਸਾਡੀ ਰਹਿਣੀ ਹੈ ਕਿ ਜਿਹੜੇ ਇੱਕ ਵਿਦੇਸ਼ ਜਾਣ ਦੇ ਕਿਉਂਕਿ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਘੁੰਣ ਲੱਗ ਚੁੱਕਿਆ ਹੈ ਬਿਲਕੁਲ ਜੀ ਬਿਲਕੁਲ ਜਿਹੜੇ ਅੱਜਕੱਲ ਵਿਆਹ ਸ਼ਾਦੀਆਂ ਹੁੰਦੇ ਨੇ ਹਾਂ ਆਨੰਦ ਕਾਰਜ ਸਾਬ ਹੁੰਦੇ ਨੇ ਹਾਂਜੀ ਪਰ ਉਹਨਾਂ ਨੂੰ ਕਿੰਨੀ ਕ ਮਾਨਤਾ ਮਿਲਦੀ ਹੈ ਉਹਦੇ ਬਾਰੇ ਕੀ ਕਦੇ ਤੁਸੀਂ ਕਦੇ ਸੋਚਿਆ ਮਾਂ ਦਾ ਤਾਂ ਗੱਲ ਇੱਥੇ ਆਹੀ ਆ ਜਾਂਦੀ ਆ ਨਾ ਵੀ ਸਾਡੀਆਂ ਜਿਹੜੀਆਂ ਲੇਡੀਜ਼ ਨੇ ਉਹ ਸਿੱਖੀ ਨਾਲੋਂ ਟੁੱਟ ਚੁੱਕੀਆਂ ਨੇ ਉਸ ਜੇਕਰ ਉਹਨਾਂ ਦੇ ਮਨਾਂ ਵਿੱਚ ਸਿੱਖੀ ਦਾ ਹੈ ਹੀ ਨਹੀਂ ਕੁਝ ਉਹਨਾਂ ਨੂੰ ਪਤਾ ਹੀ ਨਹੀਂ ਉਹ ਪੜ੍ਹਦੀਆਂ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਨੇ ਹੁਣ ਜੇ ਉਹਨਾਂ ਨੂੰ ਪੜਾਂਗੇ ਤੇ ਆਪ ਵਿਚਾਰਾਂਗੇ ਤਾਂ ਸਾਨੂੰ ਪਤਾ ਲੱਗੂਗਾ ਵੀ ਹਾਂ ਗੁਰੂ ਸਾਹਿਬ ਨੇ ਸਾਨੂੰ ਕੀ ਦਿੱਤਾ ਹੋਇਆ ਸਾਡੇ ਕੋਲ ਕੀ ਆ ਲਿਖਤੀ ਰੂਪ ਦੇ ਵਿੱਚ ਫਿਰ ਅਸੀਂ ਉਹਦੇ ਤੇ ਵਿਚਾਰਾਂਗੇ ਤਾਂ ਸਾਨੂੰ ਪਤਾ ਲੱਗੂਗਾ ਵੀ ਹਾਂ ਆਨੰਦ ਕਾਰਜ ਕੀ ਚੀਜ਼ ਹੈ ਨਈ ਤਾਂ ਲੋਕ ਦੋ ਦੋ ਚਾਰ ਚਾਰ ਆਨੰਦ ਕਾਰਜ ਕਰਾਈ ਫਿਰਦੇ ਨੇ ਕਈ ਲੋਕ ਤਾਂ ਇੱਥੋਂ ਤੱਕ ਵੀ ਨਹੀਂ ਆਨੰਦ ਕਾਰਜ ਕਰਵਾਉਣ ਲਈ ਅਮਰਤ ਸ਼ੱਕ ਲੈਂਦੇ ਨੇ ਇਹਦਾ ਟੌਂਗ ਰੱਚਦੇ ਨੇ ਕਿ ਅਸੀਂ ਅਮਰਤਧਾਰੀ ਆ ਹੁਣ ਤੁਸੀਂ ਦੇਖੋ ਵੀ ਉਹਨਾਂ ਦੇ ਮਨਾਂ 'ਚ ਸਿੱਖੀ ਨਾਲ ਕਿੱਡਾ ਕੋ ਮੋਹ ਆ ਜਾਂ ਕਿੱਡੀ ਕੋ ਬੈਰ ਤਾਂ ਜਾਂ ਕਿੰਨਾ ਕੋ ਗੁਰੂ ਨੂੰ ਇਹ ਸਮਝਦੇ ਆ ਵੀ ਗੁਰੂ ਤਾਂ ਸਾਨੂੰ ਦੇਖ ਹੀ ਨਹੀਂ ਰਿਹਾ ਇਸ ਲਈ ਸਭ ਤੋਂ ਬੈਟਰ ਇਹ ਆ ਸਭ ਤੋਂ ਪਹਿਲੀ ਗੱਲ ਇਹ ਆ ਵੀ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਉਹਨਾਂ ਨੂੰ ਪੜੋ ਤੇ ਵਿਚਾਰੋ ਫੇਰ ਰੱਗੇ ਚਲੋ ਫੇਰ ਕਦੇ ਵੀ ਇਹ ਕੋਈ ਵੀ ਇਹ ਨਹੀਂ ਹੋਊਗਾ ਵੀ ਅਸੀਂ ਇੱਕ ਵਿਆਹ ਕਰਾ ਲਿਆ ਚਾਰ ਵਿਆਹ ਕਰਾ ਲਏ ਜਾਂ ਕੁੜੀਆਂ ਇਸ ਤਰ੍ਹਾਂ ਰੋਲ ਰਹੀਆਂ ਨੇ ਜਾਂ ਮੁੰਡੇ ਰੋਲ ਰਹੇ ਨੇ ਇਹ ਸਾਰਾ ਕੁਝ ਖਤਮ ਹੋ ਜਾਊਗਾ ਹੁਣ ਜਿਵੇਂ ਕਿ ਪੰਜਾਬ ਦੇ ਚ ਇੱਕ ਮਸਲਾ ਬਹੁਤ ਉਭਰਿਆ ਹੋਇਆ ਹੈ ਹਾਂਜੀ ਲਾਪ੍ਰੀਤ ਸਿੰਘ ਦੀ ਮੌਤ ਦਾ ਲਾਡੀ ਦਾ ਤੇ ਬਿਆਨਤਕੌਰ ਦੇ ਵਿਆਹ ਦੇ ਉਹਦੇ ਵਿੱਚ ਇੱਕ ਲੈ ਕੇ ਬੜੀ ਗੱਲ ਚੱਲੀ ਆ ਕਿ 35 ਲੱਖ ਰੁਪਿਆ ਦਿੱਤਾ ਮਾਪਿਆਂ ਨੇ ਕਿਸ ਤਰ੍ਹਾਂ ਦਿੱਤਾ ਬੜੇ ਔਖੇ ਜਿਹੜਾ ਵੀ 35 ਲੱਖ ਰੁਪਿਆ ਕਰਨਾ ਬਹੁਤ ਔਖਾ ਆ ਭੈਤੀ ਕਈ ਵਾਰ ਤਾਂ ਬੰਦਾ 5000 ਵੀ ਨਹੀਂ ਕਰ ਸਕਦਾ ਸੋ ਦੂਜੇ ਪਾਸੇ ਆ ਕਿ ਲੜਕੀ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਕੁਝ ਜਾਣੀ ਚੱਲ ਰਿਹਾ ਆ ਸੋ ਜਿਹੜੀਆਂ ਐਸੇ ਆ ਸਮੱਸਿਆਵਾਂ ਨੇ ਉਹਦੇ ਵਿੱਚ ਜੋ ਕੁਝ ਹੁੰਦਾ ਸਭ ਤੋਂ ਪਹਿਲੋ ਕੋਰਟ ਮੈਰਿਜ ਵੀ ਹੁੰਦੀ ਹੈ ਪਰ ਉਹ ਉਸ ਦੇ ਨਾਲ ਜਿਹੜਾ ਕਿ ਆਨੰਦ ਕਾਰਜ ਵੀ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਹੁਣ ਉਹਦੇ ਵਿੱਚ ਸਭ ਤੋਂ ਜ਼ਿਆਦਾ ਮਾਇਨਤ ਆ ਜਿਹੜੀ ਹੈ ਕਿ ਕੋਰਟ ਮੈਰਿਜ ਦੀ ਹੁੰਦੀ ਹੈ ਜਾਂ ਫਿਰ ਆਨੰਦ ਕਾਰਜਾਂ ਦੀ ਉੱਥੇ ਰੱਖੀ ਜਾਂਦੀ ਹੈ ਜਾਂ ਫਿਰ ਉਹ 35 ਲੱਖ ਰੁਪਏ ਉੱਥੇ ਮਾਇਨੇ ਹੁੰਦਾ ਜੇ ਇਹ ਕੀ ਤੁਸੀਂ ਇਹਨਾਂ ਵੀ ਸਮਝ ਵੀ ਇਹ ਸਾਰਾ ਕੁਝ ਕਿਸ ਤਰ੍ਹਾਂ ਦਾ ਹੋ ਰਿਹਾ ਹੈ ਦੇਖੋ ਜੀ ਜਦੋਂ ਆਪਾਂ ਆਪਣੇ ਗੁਰੂ ਨਾਲੋਂ ਟੁੱਟਾਂਗੇ ਤਾਂ ਇਹ ਸਾਰੇ ਸੌਦੇ ਹੋਣੇ ਤੈਨ੍ਹੇ ਜੇਕਰ ਆਪਾਂ ਆਪਣੇ ਗੁਰੂ ਦੇ ਨਾਲ ਜੁੜ ਕੇ ਰਹਾਂਗੇ ਗੁਰੂ ਦੇ ਫਲਸਫੇ ਤੇ ਚੱਲਾਂਗੇ ਤਾਂ ਆਪਾਂ ਆਨੰਦ ਕਾਰਜ ਨੂੰ ਹੀ ਸਮਝਾਂਗੇ ਪਹਿਲ ਦਵਾਂਗੇ ਆਨੰਦ ਕਾਰਜ ਨੂੰ ਪਰ ਹੁਣ ਉਹ ਲੋਕ ਤਾਂ ਗੁਰੂ ਨਾਲੋਂ ਟੁੱਟ ਚੁੱਕੇ ਨੇ ਇਸ ਲਈ ਉਹ ਸੌਦੇਬਾਜ਼ੀ ਨੂੰ ਪਹਿਲ ਦਿੰਦੇ ਨੇ ਇਸ ਲਈ ਉਹ ਸੌਦੇ ਕਰਦੇ ਨੇ ਤੇ ਤੁਸੀਂ ਜਿਹੜਿਆ ਕਿ ਯੂਥ ਵੈਲਫੇਅਰ ਸੁਸਾਇਟੀ ਦੇ ਜਿਹੜੇ ਇਸਤਰੀ ਵਿੰਗ ਦੇ ਪ੍ਰਧਾਨ ਹੋ ਪੰਜਾਬ ਦੇ ਹਾਂਜੀ ਤੇ ਹੋਣੀ ਤੁਸੀਂ ਜਿਹੜਾ ਕਿ ਉਹਦਾ ਸੰਭਾਲ ਲਿਆ ਸੋ ਉਸ ਦੇ ਤਹਿਤ ਤੁਸੀਂ ਪੰਜਾਬ ਦੇ ਵਿੱਚ ਕੀ ਕੁਝ ਕਰ ਰਹੇ ਹੋ ਜਿਹੜੇ ਇਦਾਂ ਦੀਆਂ ਸਮੱਸਿਆਵਾਂ ਨੇ ਪੰਜਾਬ ਦੇ ਵਿੱਚ ਉਹਨਾਂ ਦੇ ਖਤਮ ਲਈ ਵੀ ਕੁਝ ਕਰ ਰਹੇ ਹੋ ਬਿਲਕੁਲ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਲੋਕਾਂ ਨੂੰ ਸਿੱਖੀ ਨਾਲ ਜੋੜ ਰਹੇ ਹਾਂ ਦਸਤਾਰਾਂ ਦੇ ਕੈਂਪ ਲਗਾ ਰਹੇ ਹਾਂ ਤੇ ਨਸ਼ਿਆਂ ਪ੍ਰਤੀ ਜਾਗਰੂਕ ਕਰ ਰਹੇ ਹਾਂ ਕਿ ਕਿੰਨਾ ਸਾਡਾ ਨੁਕਸਾਨ ਹੋ ਰਿਹਾ ਉਸ ਤੋਂ ਬਾਅਦ ਅਸੀਂ ਲੋਕਾਂ ਨੂੰ ਇਹ ਵੀ ਦੱਸ ਰਹੇ ਹਾਂ ਕਿ ਸਾਨੂੰ ਪੰਜਾਬ ਵਿੱਚੋਂ ਕਿਸ ਤਰ੍ਹਾਂ ਖਤਮ ਕੀਤਾ ਜਾ ਰਿਹਾ ਹੈ ਚਾਲਾਂ ਦੇ ਤਹਿਤ ਅੱਜ ਹੁਣ ਆਪਾਂ ਬੈਠੇ ਆ ਆਪਣੇ ਬੱਚੇ ਬਾਹਰ ਜਾ ਰਹੇ ਨੇ 15 ਸਾਲ ਨੂੰ ਆਪਾਂ ਬਜ਼ੁਰਗ ਹੋ ਜਾਣਾ ਠੀਕ ਆ ਉਸ ਤੋਂ ਬਾਅਦ ਕਿੰਨੇ ਅਸੀਂ ਪੰਜਾਬ ਦੇ ਵਿੱਚ ਘਟ ਗਣਤੀ ਵਿੱਚ ਰਹਿ ਜਾਣਾ ਤੇ ਫਿਰ ਤਾਂ ਅਗਲਿਆਂ ਨੇ ਜ਼ਮੀਨਾਂ ਖਰੀਦਣੀਆਂ ਇਹ ਨੇ ਅੱਜ ਨਹੀਂ ਖਰੀਦਣਗੇ 15 ਸਾਲ ਨੂੰ ਖਰੀਦ ਲੈਣਗੇ ਕਿਉਂਕਿ ਅਸੀਂ ਉਸ ਟਾਈਮ ਜ਼ਮੀਨਾਂ ਖਰੀਦਣ ਯੋਗ ਨਹੀਂ ਹੋਣਾ ਸਾਡੇ ਬੱਚਿਆਂ ਨੇ ਬਾਹਰੋਂ ਆਉਣਾ ਸਿਰਫ ਜ਼ਮੀਨਾਂ ਵੇਚਣ ਖਾਤਰ ਇਸ ਲਈ ਅਸੀਂ ਇਸ ਤਰ੍ਹਾਂ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਤੇ ਹੋਰ ਤੁਸੀਂ ਇਸ ਦੇ ਵਿੱਚ ਅਹਿਮ ਮੁੱਦੇ ਕੀ ਰੱਖੇ ਹੋ ਨੇ ਕੀ ਤੁਹਾਡਾ ਮਿਸ਼ਨ ਹੈਗਾ ਯਾਰ ਲੜਕੀਆਂ ਪ੍ਰਤੀ ਕੋਈ ਕੰਮ ਸ਼ੁਰੂ ਕੀਤਾ ਨੇ ਜਾਂ ਲੜਕੀਆਂ ਦੇ ਲਈ ਕੋਈ ਰੋਜ਼ਗਾਰ ਦੇ ਵੀ ਕੋਈ ਸਾਧਨ ਮੁਹਿਆ ਕਰਵਾਗੇ ਜਾਂ ਉਹਨਾਂ ਨੂੰ ਕੋਈ ਜਾਗਰੂਕਤਾ ਉਹਨਾਂ ਦੇ ਕੈਂਪ ਵਗੈਰਾ ਸ਼ੁਰੂ ਕਰ ਰਹੇ ਬਿਲਕੁਲ ਜੀ ਜਾਗਰੂਕਤਾ ਕੈਂਪ ਸ਼ੁਰੂ ਕਰ ਰਹੇ ਹਾਂ ਔਰ ਲੋਕਾਂ ਨੂੰ ਆਪਣੇ ਪੰਜਾਬ ਬਾਰੇ ਦੱਸ ਰਹੇ ਹਾਂ ਵੀ ਪੰਜਾਬੀ ਵਿਰਸੇ ਨੂੰ ਸੰਭਾਲੋ ਬਾਹਰ ਜਾਣ ਦੀ ਤੁਹਾਨੂੰ ਕੋਈ ਲੋੜ ਨਹੀਂ ਇੱਥੇ ਹੀ ਆਪਣੇ ਮਿਹਨਤ ਕਰੋ ਉੱਧਰ ਵੀ ਤੁਸੀਂ ਕੰਮ ਕਰਕੇ ਖਾਣਾ ਇੱਧਰ ਤੁਸੀਂ ਰਾਜੇ ਹੋ ਜਦੋਂ ਆਪਣੇ ਘਰਾਂ 'ਚ ਕੰਮ ਕਰਦੇ ਹੋ ਠੀਕ ਆ ਇੱਥੇ ਉਹੀ ਕੁਝ ਇੱਥੇ ਆ ਜਾਣਾ 10 ਸਾਲ ਨੂੰ ਉਹੀ ਸੜਕਾਂ ਬਣ ਜਾਣੀਆਂ ਸਭ ਕੁਝ ਹੋ ਜਾਣਾ ਉੱਧਰ ਵੀ ਤੁਸੀਂ ਟਰੱਕੇ ਚਲਾਉਣੇ ਆ ਇੱਧਰ ਆਪਣੀ ਮਿਹਨਤ ਕਰੋ ਸੋ ਅਸੀਂ ਇਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਤੇ ਇੱਕ ਹੋਰ ਅਮਨ ਮੁੰਡੀ ਜੀ ਇੱਕ ਬੜੀ ਵੱਡੀ ਗੱਲ ਸਾਹਮਣੇ ਆਉਂਦੀ ਹੈ ਤੁਸੀਂ ਗੱਲ ਕੀਤੀ ਆ ਕਿ ਉੱਥੇ ਜਾ ਕੇ ਵੀ ਟਰੱਕ ਡਰਾਈਵਰੀ ਕਰਨੀ ਆ ਬਿਲਕੁਲ ਪਰ ਇਹ ਬੜੀ ਗੱਲ ਹੈ ਕਿ ਸਾਡੇ ਨੌਜਵਾਨੀ ਇੱਥੇ ਕੰਮ ਨਹੀਂ ਕਰਦੀ ਇੱਥੇ ਉਹ ਘਰ ਦੇ ਵਿੱਚ ਵੀ ਜਿਹੜਿਆ ਕਿ ਕੰਮ ਕਰਕੇ ਨਹੀ ਕਿ ਫਿਰ ਉਸ ਨੌਜਵਾਨੀ ਨੂੰ ਕਿਵੇਂ ਮੋੜਿਆ ਜਾਵੇ ਕਿਵੇਂ ਰੋਕਿਆ ਜਾਵੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਮਾਮਾ ਨੂੰ ਹਨਾ ਮਾਮਾ ਨੂੰ ਇਸ ਪ੍ਰਤੀ ਆਪਣੀ ਜ਼ਿੰਮੇਵਾਰੀ ਸੰਭਾਲਣੀ ਪੈਣੀ ਆ ਉਹ ਆਪਣੇ ਬੱਚੇ ਨੂੰ ਦਿਖਾਵੇ ਤੋਂ ਰਹਿਤ ਕਰਨ ਦੇਖੋ ਆਪਾਂ ਜਦੋਂ ਆਪਾਂ ਗੁਰੂ ਸਾਹਿਬ ਦੇ ਫਲਸਫੇ ਤੇ ਚੱਲਾਂਗੇ ਤਾਂ ਆਪਣੇ ਸਾਰੇ ਦਿਖਾਵੇ ਖਤਮ ਹੋ ਜਾਣਗੇ ਉਹਦੇ ਵਿੱਚ ਆਪਾਂ ਨੂੰ ਸਬਰ ਸੰਤੋਖ ਕਰਨਾ ਸਿਖਾਇਆ ਹੋਇਆ ਆਪਣੀਆਂ ਸਹੂਲਤਾਂ ਨੂੰ ਘੱਟ ਕਰੋ ਇਹ ਸਿਰਫ ਦਿਖਾਵੇ ਨੇ ਰੋਟੀ ਆਪਾਂ ਤਾਂ ਰੋਟੀ ਹੀ ਖਾਣੀਆਂ ਨੇ ਪੇਟੀ ਪਰ ਨਾ ਦੋ ਰੋਟੀਆਂ ਵੀ ਖਾ ਕੇ ਪੇਟ ਭਰਿਆ ਜਾ ਸਕਦਾ ਪੀਜ਼ਾ ਖਾ ਕੇ ਵੀ ਭਰਿਆ ਜਾ ਸਕਦਾ ਇਸ ਲਈ ਆਪਾਂ ਆਪਣੇ ਪਹਿਲੇ ਫੂਡ ਤੇ ਆਈਏ ਆਪਣੀਆਂ ਪਹਿਲੀਆਂ ਸੁੱਖ ਸਹੂਲਤਾਂ ਤੇ ਆਈਏ ਤਾਂ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਆਪੇ ਮੋੜ ਲਾਂਗੇ ਅ ਇਸ ਦੇ ਨਾਲ ਹੀ ਇੱਕ ਹੋਰ ਗੱਲ ਅਸੀਂ ਇਹ ਦੇਖੀਏ ਕਿ ਵਿਦੇਸ਼ਾਂ ਦੇ ਵਿੱਚ ਜਦੋਂ ਸਾਡੇ ਨੌਜਵਾਨ ਪੀੜੀ ਲਾ ਲੋ ਜਾਂ ਸਾਡੇ ਜਿਹੜੇ ਪੁਰਾਣੇ ਗਏ ਹੋਏ ਨੇ ਆਪਾਂ ਉਹਨਾਂ ਦੀ ਗੱਲ ਕਰੀਏ ਉਹ ਜਦੋਂ ਗਏ ਸੀ ਉਦੋਂ ਉਹਨਾਂ ਦੀ ਇੱਕ ਜ਼ਰੂਰਤ ਸੀ ਉਹ ਗਏ ਉਹਨਾਂ ਨੇ ਕੰਮ ਕੀਤੇ ਪਰ ਅੱਜ ਨੌਜਵਾਨਾਂ ਦੀ ਜ਼ਰੂਰਤ ਘਟ ਤੇ ਜਿਹੜੀ ਹੈ ਕਿ ਉਹਨਾਂ ਨੂੰ ਇੱਕ ਦਿਖਾਵਾ ਤੇ ਮਾਪਿਆਂ ਤੋਂ ਜਿਹੜੀ ਕਿ ਖੁੱਲ ਇੱਕ ਉੱਥੇ ਜਾ ਕੇ ਮਿਲਦੀ ਹੈ ਜਿਵੇਂ ਅਸੀਂ ਵੀ ਮਹਿਸੂਸ ਕਰ ਸਕਦੇ ਹਾਂ ਕਿ ਜੇ ਮਾਲਵੇ ਦੇ ਵਿੱਚੋਂ ਜਾਂ ਇਧਰੋਂ ਅਸੀਂ ਮਾਝੇ ਵਿੱਚੋਂ ਕਹਿੰਦੇ ਜਦੋਂ ਨੌਜਵਾਨ ਲੜਕੇ ਲੜਕੀਆਂ ਆਉਂਦੇ ਨੇ ਤੇ ਚੰਡੀਗੜ੍ਹ ਦੇ ਵਿੱਚ ਪਹੁੰਚਦੇ ਨੇ ਤੇ ਉਹਨਾਂ ਦੇ ਲਈ ਕਿਤੇ ਕੈਨੇਡਾ ਪਹੁੰਚਣ ਵਰਗਾ ਹੋ ਜਾਂਦਾ ਤੇ ਉੱਥੇ ਦੇਖਣ ਨੂੰ ਇਹ ਵੀ ਮਿਲਦਾ ਹੈ ਕਿ ਉਹਨਾਂ ਦੇ ਹਾਲਾਤ ਜਿਹੜੇ ਨੇ ਬੜੇ ਵਿਗੜ ਚੁਕੇ ਹੁੰਦੇ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਕਈ ਕਈ ਬੱਚੇ ਤਾਂ ਐਸੇ ਕਿ ਜਿਹੜੇ ਘਰ ਵੀ ਨਹੀਂ ਜਾਂਦੇ ਸਹੀ ਗੱਲ ਸੋ ਜਦੋਂ ਚੰਡੀਗੜ੍ਹ ਦੇ ਵਿੱਚ ਆ ਗਏ ਇਹ ਤਾਂ ਪੰਜਾਬ ਦੇ ਵਿੱਚ ਦਾ ਇੱਕ ਹਿੱਸਾ ਹੈ ਪੰਜਾਬ ਦੀ ਧਰਤੀ ਤੇ ਵਸਿਆ ਹੋਇਆ ਤੇ ਉਹ ਇੱਥੇ ਆ ਕੇ ਕੰਮ ਨਹੀਂ ਕਰਦੇ ਤੇ ਵਿਗੜ ਜਾਂਦੇ ਨੇ ਤੇ ਫਿਰ ਉਹ ਬਾਹਰ ਜਾ ਕੇ ਕੀ ਕਿਸ ਤਰ੍ਹਾਂ ਆਪਣੇ ਮਾਪਿਆਂ ਨੂੰ ਸੁੱਖ ਦੇ ਸਕਦੇ ਨੇ ਕਿਉਂਕਿ ਜਦੋਂ ਇੱਥੇ ਨਹੀਂ ਦੇ ਸਕਦੇ ਬਿਲਕੁਲ ਨਹੀਂ ਦੇ ਸਕਦੇ ਜੀ ਬਿਲਕੁਲ ਵੀ ਨਹੀਂ ਦੇ ਸਕਦੇ ਇੱਥੇ ਵੀ ਇੱਥੇ ਵੀ ਮਾਪਿਆਂ ਦਾ ਫਰਜ਼ ਆ ਪੰਜਾਬ ਵਿੱਚ ਹੀ ਬੈਠੇ ਨੇ ਇੱਥੇ ਆਪਾਂ ਦੇਖਦੇ ਹਾਂ ਚੰਡੀਗੜ੍ਹ ਦੇ ਵਿੱਚ ਕਿਹੜੇ ਹਾਲਾਤ ਨੇ ਆ ਕੇ ਆਪਣੇ ਬੱਚਿਆਂ ਕੋਲ ਦੇਖਣ ਵੀ ਸਾਡੇ ਬੱਚੇ ਕੀ ਕਰ ਰਹੇ ਨੇ ਬੱਚੇ ਝੂਠ ਬੋਲਦੇ ਨੇ ਅਸੀਂ ਜੌਬ ਕਰ ਰਹੇ ਹਾਂ ਜਦਕਿ ਕੋਈ ਜੌਬ ਨਹੀਂ ਕਰ ਰਿਹਾ ਬਾਹਰ ਆਪਣੀ ਐਸ਼ ਪ੍ਰਸਤੀ ਕਰ ਰਹੇ ਨੇ ਸਾਰੇ ਬੱਚੇ ਇਸੇ ਤਰ੍ਹਾਂ ਬਾਹਰ ਆ ਇਸੇ ਤਰ੍ਹਾਂ ਬੱਚੇ ਉੱਥੇ ਕਰ ਰਹੇ ਨੇ ਜਦੋਂ ਬੱਚੇ ਜਦੋਂ ਮਾਪੇ ਉਹਨਾਂ ਨੂੰ ਸੰਸਕਾਰ ਹੀ ਬਧਿਆ ਨੀ ਦਿੱਤੇ ਹੈਗੇ ਔਰ ਮਾਪੇ ਆਪਣਾ ਫਰਜ ਨਹੀਂ ਸਮਝਦੇ ਹੈਗੇ ਤਾਂ ਜਾਹਰ ਬੱਚੇ ਤਾਂ ਉਹ ਤਾਂ ਨੌਜਵਾਨ ਨੇ ਉਹਨਾਂ ਤਾਂ ਵਿਗੜਨ ਆਇਆ ਇਹ ਮਾਪੇ ਦਾ ਹੀ ਫਰਜ ਵਾ ਇਹ ਮਾਪੇ ਦੇ ਫਰਜ ਦੇ ਵਿੱਚ ਵਿੱਚ ਦੇ ਨਾਲ-ਨਾਲ ਬੱਚਿਆਂ ਦੇ ਕੀ ਕੀ ਯਾਨੀ ਕਿ ਆਪਣੀ ਜ਼ਿੰਮੇਵਾਰੀਆਂ ਬਣ ਜਾਂਦੇ ਬੱਚਿਆਂ ਦਾ ਕੀ ਕੀ ਫਰਜ ਬਣਦਾ ਦੇਖੋ ਜੀ ਬੱਚਿਆਂ ਨੂੰ ਤਾਂ ਜੇਕਰ ਆਪਾਂ ਵਧੀਆ ਸੰਸਕਾਰ ਦਿੱਤੇ ਹੋਣਗੇ ਠੀਕ ਆ ਤਾਂ ਬੱਚਿਆਂ ਨੇ ਤਾਂ ਨੇਚਰਲੀ ਆ ਕਿ ਬੱਚਿਆਂ ਨੇ ਆਪਣੇ ਫਰਜ ਨਿਭਾਉਣੇ ਨੇ ਇੱਥੇ ਮੈਂ ਬੱਚਿਆਂ ਨੂੰ ਜ਼ਿੰਮੇਵਾਰ ਨਹੀਂ ਮੰਨਦੀ ਮੈਂ ਮਾਪੇ ਨੂੰ ਜ਼ਿੰਮੇਵਾਰ ਤੁਸੀਂ ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਬੱਚਿਆਂ ਦਾ ਇੱਥੇ ਕਸੂਰ ਨਹੀਂ ਹੈ ਨਹੀਂ ਨਹੀਂ ਬੱਚਿਆਂ ਦਾ ਬਿਲਕੁਲ ਕਸੂਰ ਨਹੀਂ ਉਹਨਾਂ ਨੂੰ ਤਾਂ ਆਪਾਂ ਦਿਖਾਵੇ ਦੀ ਜ਼ਿੰਦਗੀ ਦਿਖਾ ਰਹੇ ਹਾਂ ਤੇ ਬੱਚੇ ਉਹਦੇ ਤੇ ਚੱਲ ਰਹੇ ਪਰ ਕਈ ਵਾਰੀ ਇਹ ਵੀ ਦੇਖਣ ਨੂੰ ਸਾਹਮਣੇ ਆਉਂਦਾ ਕਿ ਮਾਪੇ ਚਾਹੁੰਦੇ ਨੇ ਕਿ ਉਹਨਾਂ ਦਾ ਬੱਚਾ ਬਾਹਰ ਨਾ ਜਾਵੇ ਬੱਚੇ ਨੂੰ ਰੋਕਦੇ ਵੀ ਨੇ ਹਾਂਜੀ ਉਹ ਆਪਣੀਆਂ ਸਮੱਸਿਆਵਾਂ ਵੀ ਦੱਸਦੇ ਨੇ ਪਰ ਬੱਚਾ ਜਿਹੜਾ ਕਿ ਇੱਕ ਜਿੱਦ ਤੇ ਫਸ ਜਾਂਦਾ ਫਿਰ ਉਸ ਸਥਿਤੀ ਦੇ ਵਿੱਚ ਕੌਣ ਜ਼ਿੰਮੇਵਾਰ ਹੁੰਦਾ ਕੋ ਕੀ ਪੂਰਾ ਸਮਾਜ ਜ਼ਿੰਮੇਵਾਰ ਹੈ ਜਾਂ ਮਾਪੇ ਜ਼ਿੰਮੇਵਾਰ ਹੈ ਜਾਂ ਬੱਚਾ ਜ਼ਿੰਮੇਵਾਰ ਹੈ ਉਹਦੇ ਚ ਕੋਣ ਆ ਜਾਂਦਾ ਉਹ ਜਿਹਾਂ ਹਾਲਾਤਾਂ ਚ ਕੀ ਕੀਤਾ ਜਾ ਸਕਦਾ ਹਾਂਜੀ ਉਹਦੇ ਵਿੱਚ ਉਹਦਾ ਆਲਾ ਦਵਾਲਾ ਜ਼ਿੰਮੇਵਾਰ ਆ ਜਾਂਦਾ ਠੀਕ ਹੈ ਸਮਾਜ ਜ਼ਿੰਮੇਵਾਰ ਦਿਖਾਵੇ ਦੀ ਜ਼ਿੰਦਗੀ ਉੱਥੇ ਆਗੇ ਨਾ ਆਪਾਂ ਮੁੜ ਕੇ ਵੀ ਦਿਖਾਵੇ ਦੀ ਜ਼ਿੰਦਗੀ ਵਿੱਚ ਆ ਜਾਂਨੇ ਆ ਆਪਾਂ ਜਦ ਆਪਾਂ ਆਪਣੇ ਗੁਰੂ ਸਾਹਿਬ ਤੋਂ ਟੁੱਟੇ ਹੋਏ ਆਂ ਗੁਰੂ ਦੇ ਫਲਸਫੇ ਤੋਂ ਟੁੱਟੇ ਹੋਏ ਆਂ ਤਾਂ ਆਪਾਂ ਦਿਖਾਵੇ ਵਿੱਚ ਹੀ ਰਹਾਂਗੇ ਉੱਥੇ ਜ਼ਿੰਮੇਵਾਰੀ ਥੋੜੀ ਬੱਚੇ ਨੂੰ ਸਮਝਾਓ ਠੀਕ ਆ ਉਹਨੂੰ ਆਪਣੇ ਘਰ ਦੇ ਹਾਲਾਤ ਦੱਸੋ ਔਰ ਉਹਨੂੰ ਚੰਗੀਆਂ ਬਹੁਤ ਆਪਣੇ ਕੋ ਚੰਗੀਆਂ ਧਾਰਨਾ ਨੇ ਜਿਹੜੀਆਂ ਆਪਾਂ ਨੂੰ ਦਿੱਤੀਆਂ ਜਾ ਸਕਦੀਆਂ ਆਪਾਂ ਆਪਣਾ ਇੱਥੇ ਖਾਲਸਾ ਰਾਜ ਪਹਿਲਾਂ ਕਾਇਮ ਕਰ ਚੁੱਕੇ ਆ ਤਾਂ ਬੱਚੇ ਨੂੰ ਸਮਝਾਓ ਵੀ ਨਹੀਂ ਇੱਥੇ ਆਪਾਂ ਖਾਲਸਾ ਰਾਜ ਕਾਇਮ ਕਰਕੇ ਆਪਾਂ ਇੱਥੇ ਰਾਜੇ ਆ ਆਪਾਂ ਬਾਦਸ਼ਾ ਉੱਧਰ ਜਾ ਕੇ ਆਪਾਂ ਨੌਕਰ ਬਣਨਾ ਸੋ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਕਰਕੇ ਕਿ ਤੁਸੀਂ ਜਿਹੜੀਆਂ ਗੱਲਾਂ ਕਿਤਿਆਂ ਨੇ ਬਿਲਕੁਲ ਬਾਝਮ ਨੇ ਸੋ ਬੀਬੀ ਗੁਰਜਿੰਦਰ ਕੌਰ ਅਮਨ ਮੁੰਡੀ ਜੀ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਆਪਣਾ ਸੱਭਿਆਚਾਰ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਜਿਹੜਾ ਕਿ ਭਰੋਸਾ ਕਰਨਾ ਪਏਗਾ ਜਦੋਂ ਤੱਕ ਅਸੀਂ ਆਪਣੇ ਗੁਰੂ ਦੇ ਲਾੜ ਨਹੀਂ ਲੱਗਦੇ ਸਹੀ ਤਰੀਕੇ ਨਾਲ ਤਦ ਤੱਕ ਅਸੀਂ ਖੱਜਲਖوار ਹੁੰਦੇ ਰਵਾਂਗੇ ਸੋ ਮੈਂ ਮੇਜਰ ਸਿੰਘ ਪੰਜਾਬੀ ਜੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਬੀਬੀ ਗੁਰਜਿੰਦਰ ਕੌਰ ਅਮਨ ਮੁੰਡੀ ਜੀ ਦਾ ਤੇ ਤੁਹਾਡਾ ਸਾਰੇ ਦਰਸ਼ਕਾਂ ਦਾ ਜਿਨ੍ਹਾਂ ਨੇ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਸੋ ਹੁਣ ਇਜਾਜ਼ਤ ਚਾਹਾਂਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ